ਹਰਿਆਣਾ ਦੇ ਕੈਬਨਿਟ ਮੰਤਰੀਆਂ ਵਿੱਚ ਤਾਂ ਖੌਫ ਅਧਿਕਾਰੀਆਂ 'ਚ ਦਿਖਣ ਲੱਗਾ ਹੈ, ਜਿਹਦੇ ਚੱਲਦੇ ਅਧਿਕਾਰੀ ਕਿਸੇ ਨਾ ਕਿਸੇ ਬਹਾਨੇ ਵਜੋਂ ਦੀ ਮੀਟਿੰਗ ਤੋਂ ਗਾਇਬ ਹੋਣ ਲੱਗੇ ਨੇ, ਜਿਸ ਨੂੰ ਦੇਖਦੇ ਹੋਏ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਫਿਰ ਤੋਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਬਿਨਾਂ ਜ਼ਰੂਰੀ ਕਾਰਨਾਂ ਤੋਂ ਕੋਈ ਮੀਟਿੰਗ ਤੋਂ ਗਾਇਬ ਹੋਇਆ ਤਾਂ ਉਸਦੇ ਖਿਲਾਫ ਕਾਰਵਾਈ ਹੋਵੇਗੀ। ਬਿਲਕੁਲ, ਗ੍ਰੀਵੈਂਸ ਕਮੇਟੀ ਬਹੁਤ ਇੰਪੋਰਟੈਂਟ ਪਲੇਟਫਾਰਮ ਹੈ ਜੋ ਸਰਕਾਰ ਨੇ ਬਣਾਇਆ ਹੋਇਆ ਹੈ, ਔਰ ਕੁਛ ਅਧਿਕਾਰੀ ਅਨਾਵਸ਼ਕ ਕਾਰਨੋਂ ਸੇ ਉਸਸੇ ਐਬਸੈਂਟ ਹੋਣੇ ਕੀ ਕੋਸ਼ਿਸ਼ ਕਰਤੇ ਹੈ, ਇਸਲਿਏ ਉਨਕੋ ਮੈਨੇ ਕਹਾ ਹੈ ਕਿ ਵੋ ਆਏ, ਨਹੀਂ ਤੋ ਉਨਕੇ ਖਿਲਾਫ ਕਾਰਵਾਈ ਕਰੇਗਾ। ਨਹੀਂ, ਵੋ ਬਚਣਾ ਚਾਹਤੇ ਹੈ ਕਿ ਜੋ ਕੰਪਲੇਂਟੇ ਆਤੀ ਹੈ ਲੋਗੋਂ ਕੀ, ਵੋ ਉਸਸੇ ਬਚਣਾ ਚਾਹਤੇ ਹੈ, ਉਨਕੇ ਪਾਸ ਉਨਕੇ ਉੱਤਰ ਨਹੀਂ ਹੋਤੇ, ਜਿਨਕੇ ਪਾਸ ਵੋ ਹੀ ਐਬਸੈਂਟ ਹੋਤੇ ਹੈ। ਅੰਬਾਲਾ ਤੋਂ ਬੀ ਐਸ ਗੁਲਿਆਣੀ ਦੀ ਰਿਪੋਰਟ, ਚੈਨਲ 2।